उत्थे जांदे जांदे असी उहदे दरख्त दे डंडे तोड़ के उहदे मारे ते उहदे कपड़े ला के डंडे मारे जी ते उहनू भजाया ते उहनू उहदे घर तक लियांदे रहे ते रास्ते च उह गिर जांदा सी फिर उठालदे उहनू ਤੇ ਉਹਦੇ ਲੱਤ ਤੇ ਮੋਟਰਸਾਈਕਲ ਚੜਾਇਆ ਇਹ ਤੁਹਾਡਾ ਤਾਂ ਵਧੀਆ ਦੋਸਤ ਸੀ ਫਿਰ ਵੀ ਜਿਹੜਾ ਹੈਗਾ ਕਿਉਂ ਕਤਲ ਕੀਤਾ ਹਫ਼ਤੇ ਤੇ ਬੈਠੇ ਸੀ ਜੀ ਤੇ ਉਹ ਡੋਲਟ ਨਾਲ ਮੇਰਾ ਪੁਰਾਣਾ ਬੈਰ ਸੀ ਉਹ ਮੇਰੇ ਨਾਲ ਬੈਰ ਰੱਖਦਾ ਪੁਰਾਣਾ ਡੋਲਟਾ ਮੁੰਡਾ ਕੋਟ ਦਾ ਜੀ ਤੇ ਉੱਥੇ ਹਫ਼ਤੇ ਤੇ ਬੈਠੇ ਉਹ ਉਹਦੀਆਂ ਗੱਲਾਂ ਕਰ ਰਿਹਾ ਸੀ ਉਹਦੇ ਨਾਲ ਵੀ ਰਹਿੰਦਾ ਸੀ ਸਾਡੇ ਨਾਲ ਵੀ ਰਹਿੰਦਾ ਸੀ ਉੱਥੇ ਬਹਿ ਕੇ ਕਹਿੰਦਾ ਵੀ ਡੋਲਟਾ ਆਊਗਾ ਅਤੇ ਕਿਰਪਾਨਾ ਮਾਰੂ ਤੁਹਾਡੂ ਐਂ ਕਰੂਗਾ ਅਤੇ ਅਸੀਂ ਡਰ ਗਏ ਜੀ ਅਤੇ ਡਰੇ ਹੋਏ ਅਸੀਂ ਉਹਦੇ ਬੋਤਲਾਂ ਮਾਰੀਆਂ ਸਿਰ 'ਚ ਬੋਤਲਾਂ ਮਾਰ ਕੇ ਸਿਰ 'ਚ ਜੀ ਉੱਥੋਂ ਅਸੀਂ ਉਹਨੂੰ ਲੈ ਕੇ ਨਿਕਲ ਗਏ ਵੀ ਤੈਨੂੰ ਡੁਲਟ ਕੇ ਘਰ ਮੂਰੀ ਲੈ ਕੇ ਜਾਵਾਂਗੇ ਅਤੇ ਉੱਥੇ ਜਾਂਦੇ ਜਾਂਦੇ ਅਸੀਂ ਉਹਦੇ ਦਰਖਤ ਦੇ ਡੰਡੇ ਤੋੜ ਕੇ ਉਹਦੇ ਮਾਰੇ ਅਤੇ ਉਹਦੇ ਕੱਪੜੇ ਲਾ ਕੇ ਡੰਡੇ ਮਾਰੇ ਜੀ ਅਤੇ ਉਹਨੂੰ ਭਜਾਇਆ ਅਤੇ ਉਹਨੂੰ ਉਹਦੇ ਘਰ ਤੱਕ ਲਿਆਉਂਦੇ ਰਹੇ ਅਤੇ ਰਾਸਤੇ 'ਚ ਉਹ ਗਿਰ ਜਾਂਦਾ ਸੀ ਫਿਰ ਉਠਾਲਦੇ ਉਹਨੂੰ ਅਤੇ ਉਹਦੇ ਲੱਤ 'ਤੇ ਮੋਟਰਸਾਈਕਲ ਚੜਾਇਆ ਇਹ ਤੁਹਾਡਾ ਤਾਂ ਵਧੀਆ ਦੋਸਤ ਸੀ ਫਿਰ ਵੀ ਜਿਹੜਾ ਹੈਗਾ ਕਿਉਂ ਕਤਲ ਕੀਤਾ ਇਹ ਮਿਤੀ 2/4/2023 ਨੂੰ ਜਿਹੜੀ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਅਨਆਡੈਂਟੀ ਡੈਡ ਬੋਡੀ ਬਿਨਾਂ ਕੱਪੜਿਆਂ ਤੋਂ ਜਦੋਂ ਅਸੀਂ ਛਿੰਟਾਂ ਵਾਲਿਆਂ ਤੋਂ ਕੋਟ ਕਲਾਂ ਵੱਲ ਕੱਚੇ ਰਾਹ ਨੂੰ ਜਾਂਦੇ ਸੂਏ 'ਤੇ ਜਾਂਦੇ ਹਾਂ ਉਹਦੇ ਰਸਤੇ ਵਿੱਚ ਇੱਕ ਡੈੱਡ ਬੋਡੀ ਮਿਲੀ ਸੀ ਜਿਸ 'ਤੇ SHO ਸਦਰ ਗੁਰਪ੍ਰੀਤ ਪਿੰਡਰ ਅਤੇ ਇਹਨਾਂ ਨੇ ਆਪਣੀ ਸਮੇਤ ਟੀਮ ਚੌਂਕੀ ਦਾ ਛਿੰਟਾਂ ਵਾਲਾ ਮੌਕੇ 'ਤੇ ਗਏ ਮੌਕਾ ਹਮਲਾ ਕੀਤਾ ਤਾਂ ਜੋ ਇੱਕ ਡੈੱਡ ਬੋਡੀ ਜਿਸ ਦੇ ਸਿਰ ਉੱਪਰ ਅਤੇ ਬੋਡੀ 'ਤੇ ਕਾਫੀ ਜਿਹੜੇ ਜ਼ਖਮ ਪਾਏ ਗਏ ਸੀ ਜੋ ਸੱਟਾਂ ਮਾਰ ਕੇ ਕਿਸੇ ਨਾਮ ਨੂੰ ਵਿਅਕਤੀਆਂ ਨੇ ਇਹਨੂੰ ਕਤਲ ਕੀਤਾ ਸੀਗਾ ਜੋ ਇਹਨਾਂ ਨੇ ਪਹਿਲਾਂ ਤਾਂ ਉਹ ਡੈੱਡ ਬੋਡੀ ਜਿਹੜੀ ਮਿਲੀ ਸੀ ਉਹਨੂੰ ਆਈਡੈਂਟੀਫਾਈ ਕੀਤਾ ਉਹ ਕਮਲ ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਵਾਸੀ ਲੋਹਾਰ ਮਾਜਰਾ ਜਿਹੜਾ ਆਈਡੈਂਟੀਫਾਈ ਹੋਇਆ ਉਸ ਨੂੰ ਅੱਗੇ ਲੈ ਕੇ ਆਪਣਾ ਤਫਤੀਸ਼ ਵਿੱਚ ਜਦੋਂ ਕੰਟੀਨਿਊ ਕਰਦੇ ਹੋਏ ਤਾਂ ਥਾਣਾ ਸਦਰ ਨਾਭਾ ਵਿਖੇ FIR ਨੰਬਰ 61/362 IPC ਵਿੱਚ ਪਰਚਾ ਦਰਜ ਕੀਤਾ ਗਿਆ ਉਦੋਂ ਤਫਤੀਸ਼ ਨੂੰ ਡੂੰਘਾਈ ਨਾਲ ਸਾਇੰਟੀਫਿਕ ਅਤੇ ਸੋਰਸ ਰਾਹੀਂ ਜੋ ਇਹ ਸਾਹਮਣੇ ਆਇਆ ਕਿ ਜੋ ਮ੍ਰਿਤਕ ਸੀ ਉਸਦੇ ਹੀ ਖਾਸ ਮਿੱਤਰ ਜਿਹੜੇ ਸੀਗੇ ਕਿਸੇ ਟਾਈਮ ਜਿਨ੍ਹਾਂ ਵਿੱਚ ਅਵਤਾਰ ਸਿੰਘ ਪਵਿੱਤਰ ਸਿੰਘ ਅਤੇ ਸੁੱਖੀ ਜੋ ਕਿ ਨਾਲ ਦੇ ਪਿੰਡਾਂ ਦੇ ਰਹਿਣ ਵਾਲੇ ਨੇ ਇਹਨਾਂ ਨੇ ਉਸਨੂੰ ਫੋਨ ਕਰਕੇ ਸ਼ਾਮ ਨੂੰ ਬੁਲਾਇਆ ਕਿਸੇ ਹਫ਼ਤੇ 'ਤੇ ਉੱਥੇ ਇਹਨਾਂ ਨੇ ਰਲ ਮਿਲ ਕੇ ਸ਼ਰਾਬ ਪੀਤੀ ਪਵਿੱਤਰ ਜੋ ਕਿ ਇਸ ਕੇਸ ਦਾ ਮੁੱਖ ਦੋਸ਼ੀ ਆ ਉਸਨੂੰ ਇਹ ਸੀਗਾ ਵੀ ਜੇ ਜਿਹੜਾ ਮ੍ਰਿਤਕ ਆ ਵੀ ਇਹ ਮੇਰੀ ਇਨਫੋਰਮੇਸ਼ਨ ਜੋ ਇਹਨਾਂ ਦੀ ਕੋਈ ਮਾੜੀ ਮੋਟੀ ਲੜਾਈ ਹੋਣੀ ਆ ਕਿਸੇ ਗਰੁੱਪ ਨਾਲ ਵੀ ਮੇਰੀ ਜਿਹੜੀ ਇਨਫੋਰਮੇਸ਼ਨ ਆ ਜਾਂ ਮੇਰਾ ਟਾਈਮ ਚੁਕਾਉਣ ਨੂੰ ਜਾਂ ਮੈਨੂੰ ਮਰਵਾਉਣ ਨੂੰ ਇਹ ਦੂਸਰੇ ਗਰੁੱਪ ਨਾਲ ਰਲ ਗਿਆ ਹੈ ਇਹਨਾਂ ਨੇ ਉਹਨੂੰ ਪਹਿਲਾਂ ਸ਼ਰਾਬ ਪਈ ਉੱਥੇ ਇਹਦੇ ਥੋੜ੍ਹੀਆਂ ਮੋੜੀਆਂ ਸੱਟਾਂ ਮਾਰੀਆਂ ਫਿਰ ਇਹਨੂੰ ਇਸੇ ਮੋਟਰਸਾਈਕਲ 'ਤੇ ਲੈ ਕੇ ਚਾਰ ਜਣੇ ਬੈਠ ਕੇ ਜੋ ਸੂਏ ਵੱਲ ਹੈਗਾ ਉੱਥੇ ਨੂੰ ਇਹਦੇ ਕੱਪੜੇ ਲਾਏ ਇਹਨੂੰ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਇਹਦੇ ਸਿਰ ਦੇ ਵਿੱਚ ਅਤੇ ਲੱਤਾਂ ਦੇ ਬੋਡੀ 'ਤੇ ਕਾਫੀ ਮਤਲਬ ਇਹਦੇ ਆਪਣੇ ਜਿਹੜੇ ਜ਼ਖਮ ਕੀਤੇ ਇਹਨੂੰ ਭਜਾ ਕੇ ਇਹਨਾਂ ਨੇ ਮਾਰਿਆ ਕੱਪੜੇ ਵੀ ਇਹਦੇ ਅਸੀਂ ਬਰਾਮਦ ਕਰ ਲਏ ਅਤੇ ਹੁਣ ਅਸੀਂ ਅੱਜ ਜਿਹੜੀ ਹੈਗੀ ਆ ਇਹ ਤਫਤੀਸ਼ ਦੌਰਾਨ ਇਸ ਕਤਲ ਦੇ ਮੁਕੱਦਮੇ 'ਚ ਦੋਸ਼ੀ ਪਵਿੱਤਰ ਨੂੰ ਸੁੱਖੀ ਅਤੇ ਅਵਤਾਰ ਨੂੰ ਗ੍ਰਿਫਤਾਰ ਕਰ ਹੋਰ ਵੀ ਹੱਥ ਆ ਜੀ ਕਿਸੇ ਮਾਮਲੇ 'ਤੇ ਅਜੇ ਤਫਤੀਸ਼ ਚੱਲ ਰਹੀ ਆ ਅਤੇ ਇਹਨਾਂ ਦਾ ਅਸੀਂ ਹੁਣ ਅਰੈਸਟ ਪਾ ਲਈ ਗ੍ਰਿਫਤਾਰ ਕਰ ਲਈ ਅਤੇ ਬਾਕੀ ਜੋ ਐਵੀਡੈਂਸ ਹੈਗੀਆਂ ਨੇ ਹਥਿਆਰ ਜਾਂ ਹੋਰ ਕਿਹੜੇ ਬੰਦੇ ਨੇ ਦੇਖਿਆ ਕੀ ਇਹਨਾਂ ਤੋਂ ਰਿਕਵਰ ਕਰਨਾ ਉਹ ਅੱਗੇ ਅਸੀਂ ਇਹਦਾ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਮਾਨਹਸਤ ਕਰਕੇ ਇਹ ਸਾਰੀ ਜਿਹੜੀ ਰਿਕਵਰੀ ਕਰਾਵਾਂਗੇ ਇਹਨਾਂ ਦੇ ਪਹਿਲਾਂ ਵੀ ਕੋਈ ਹੈਗੇ ਜੀ ਕੋਈ ਕੇਸ ਰਜਿਸਟਰਡ ਸ਼ਾਇਦ ਇੱਕ ਦੋ ਇਹਨਾਂ ਦੇ ਕੇਸ ਪਹਿਲਾਂ ਦਰਜ 68 ਕੇਸ ਹੈਗੇ ਆ ਅਤੇ ਬਾਕੀ ਅੱਗੇ ਤਫਤੀਸ਼ ਜੋ ਆ ਉਹ ਤੁਹਾਨੂੰ ਦੱਸਾਂਗੇ ਇਹ ਮ੍ਰਿਤਕ ਨੇ ਵਿਦੇਸ਼ ਵੀ ਜਾਣਾ ਸੀਗਾ ਕੁਛ ਅਜੇ ਉਹ ਆਈਲੈਟਸ ਕਰ ਰਿਹਾ ਸੀ ਜੋ ਹੁਣ ਤੱਕ ਉਹਨਾਂ ਦੇ ਪੇਰੈਂਟਸ ਨੇ ਦੱਸਿਆ ਅਤੇ ਆਈਲੈਟਸ ਕਰਨ ਤੋਂ ਬਾਅਦ ਹੀ ਬਾਹਰ ਉਹਨੇ ਜਾਣਾ ਸੀ ਇਹਨਾਂ ਉਮਰ ਕਿੰਨਾ ਇਹਨਾਂ ਦੇ 21 ਸਾਲ 22 ਸਾਲ ਇਹ ਯੰਗ ਏਜ ਦੇ ਸਾਰੇ ਜਿਹੜੇ ਹੈਗੇ ਆ ਕਿਉਂਕਿ ਮਰਨ ਵਾਲਾ ਵੀ 19-20 ਸਾਲ ਦਾ ਸੀਗਾ ਅਤੇ ਹੈ ਇਹ ਇੱਕ ਗਰੁੱਪ ਸੀਗਾ ਬਟ ਜਦੋਂ ਇਹਨਾਂ ਨੂੰ ਕੋਈ ਵਹਿਮ ਪੈ ਗਿਆ ਵੀ ਸਾਡੀ ਕੋਈ ਜਿਹੜੀ ਇਹ ਲੀਕੇਜ ਕਰਦਾ ਉਹ ਸ਼ਰਾਬ ਪਿਆ ਕੇ ਅਤੇ ਉਸਨੂੰ ਧੋਖੇ ਨਾਲ ਲਿਆ ਕੇ ਇਹਨੂੰ ਉਹਦਾ ਕਤਲ ਕੀਤਾ ਇਹਨਾਂ ਨੂੰ ਜਾਨ ਦੇਣ ਲਈ ਕਿਸ ਹਥਿਆਰ ਦੀ ਵਰਤੋਂ ਕੀਤੀ ਗਈ ਹੈ ਇਹਨਾਂ ਨੇ ਪਹਿਲਾਂ ਤਾਂ ਉਹਦੇ ਸਿਰ ਦੇ 'ਚ ਬੋਤਲਾਂ ਮਾਰੀਆਂ ਨੇ ਬੀਅਰ ਦੀਆਂ ਬੋਤਲਾਂ ਸ਼ਰਾਬ ਦੀਆਂ ਬੋਤਲਾਂ ਫਿਰ ਉਹ ਡੰਡੇ ਵੀ ਮਾਰੇ ਗਏ ਨੇ ਉਹਦੇ ਹੋਰ ਵੈਪਨ ਜਿਹੜਾ ਉਹ ਯੂਜ਼ ਕੀਤੇ ਨੇ ਆਪਣੇ ਇਹਨੂੰ ਕਤਲ ਕਰਨ ਦੇ ਵਿੱਚ
ਇਹ ਜ਼ਿਆਦਾ ਤੌਰ 'ਤੇ ਵਿਹਲੇ ਡੇ ਇੱਕ ਤਾਂ ਇਹਨਾਂ 'ਚ ਜਿਹੜਾ ਹੈਗਾ ਕੋਈ ਕਿਸੇ ਪ੍ਰਾਈਵੇਟ ਫੈਕਟਰੀ 'ਚ ਮਲੇਰਕੋਟਲੇ ਲੱਗਿਆ ਹੋਇਆ ਐਂਡ ਮਤਲਬ 10-11 8-10 ਅਸੀਂ ਪੜ੍ਹੇ ਹੋਏ ਨੇ ਜ਼ਿਆਦਾ ਅਸੀਂ ਪੜ੍ਹੇ ਲਿਖੇ ਵੀ ਨਹੀਂ ਹੈ ਪਰ ਇਹ ਥੋੜ੍ਹਾ ਜਿਹਾ ਗਲਤ ਸੁਸਾਇਟੀ 'ਚ ਪੈਣ ਕਰਕੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਥੈਂਕ ਯੂ ਜੈਨ ਜਦ ਹੈ ਹਰ ਪਰੇਸ਼ਾਨੀ ਦਾ ਹੱਲ ਤਾਂ ਕਿਉਂ ਹੋ ਪਰੇਸ਼ਾਨ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਅੰਤਰਿਕ ਵਿਧੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ 100% ਗਰੰਟੀ ਨਾਲ ਗੈਟ ਯੋਰ ਐਕਸ ਲਵ ਬੈਕ ਇਨ ਯੋਰ ਲਾਈਫ ਪਰੇਸ਼ਾਨੀ ਜਿਵੇਂ ਕਿ ਪ੍ਰੇਮ ਵਿਆਹ ਚ ਰੁਕਾਵਟ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਵਿਦੇਸ਼ ਚ ਪੱਕਾ ਹੋਣਾ ਔਲਾਦ ਸੁੱਖ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਵਸ਼ੀਕਰਨ ਕਰਵਾਓ ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ ਵਿਚ ਕਰੋ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂ